ਇੱਕ ਟਾਈਮ ਅਜਿਹਾ ਸੀ ਜਦੋਂ ਦੇਵੀ ਮਖਸੂਸਪੁਰੀ ਦੇ ਵੱਲੋਂ ਵਾਰਿਸ ਭਰਾਵਾਂ ਦੇ ਲਈ ਗੀਤ ਲਿਖੇ ਜਾਂਦੇ ਸੀ ਪਰ ਅਜਿਹਾ ਕੁਝ ਹੋਇਆ ਜਿਸ ਕਰਕੇ ਇਹ ਜੋੜੀ ਜੋ ਸੀ ਟੁੱਟ ਗਈ ਸੀ ਕਿਉਂਕਿ ਜਦੋਂ ਵਾਰਿਸ ਭਰਾਵਾਂ ਦੇ ਵੱਲੋਂ ਪਲਾਜ਼ਮਾ ਰਿਕਾਰਡਸ ਨਾਮ ਦੀ ਕੰਪਨੀ ਖੋਲੀ ਗਈ ਤਾਂ ਦੇਵੀ ਮਖਸੂਸਪੁਰੀ ਨੂੰ ਲੱਗਾ ਕਿ ਹੁਣ ਓ ਵੀ ਇਸ ਕੰਪਨੀ ਰਾਹੀਂ ਗੀਤ ਗਾਵੇਗਾ ਅੱਗੇ ਆਵੇਗਾ ਪਰ ਅਜੇ ਹਾਂ ਨਹੀਂ ਹੋਇਆ ਤੇ ਵਾਰਿਸ ਭਰਾਵਾਂ ਨੇ ਦੇਵੀ ਮਖਸੂਸਪੁਰੀ ਤੋਂ ਗੀਤ ਲੈਣੇ ਹੀ ਬੰਦ ਕਰ ਦਿੱਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਲਕੀਤ ਮੀਤ ਮੰਗਲ ਹਠੂਰ ਤੋਂ ਗੀਤ ਲਿਖਵਾਉਣੇ ਸ਼ੁਰੂ ਕਰ ਦਿੱਤੇ ਗਏ ਅਜਿਹੇ ਦੌਰਾਨ ਇਸ ਵਿੱਚ ਦਰਾਰ ਆ ਗਈ ਤੇ ਬਾਅਦ ਵਿੱਚ ਦੇਵੀ ਮਖਸੂਸਪੁਰੀ ਨੇ ਲਾਈਵ ਸ਼ੋਜ਼ ਲਗਾਉਣੇ ਸ਼ੁਰੂ ਕਰ ਦਿੱਤੇ ਜਿੱਥੇ ਵਾਰਿਸਪਰਾ ਬਾਹਰ ਜਾ ਕੇ ਆਪਣੇ ਲਾਈਵ ਸ਼ੋਜ਼ ਕਰਦੇ ਸੀ ਵਰਸਾ ਪੰਜਾਬੀ ਚਲਾਉਂਦੇ ਸੀ ਉਸੇ ਤਰੀਕੇ ਦੇ ਨਾਲ ਦੇਵੀ ਜੋ ਸੀ ਪੰਜਾਬ ਦੇ ਵਿੱਚ ਲਾਈਵ ਸ਼ੋਜ਼ ਕਰਦਾ ਸੀ ਸ਼ਾਇਰੋ ਸ਼ਾਇਰੀ ਕਰਦਾ ਸੀਗਾ ਤੇ ਇਸ ਤੋਂ ਬਾਅਦ ਦੇਵੀ ਦੇ ਵੱਲੋਂ ਰਣਜੀਤ ਰਾਣਾ ਤੋਂ ਲੈ ਕੇ ਸਦੂਲ ਸਿਕੰਦਰ ਜੈਸੀ ਵੀ ਹੰਸਰਾਜ ਹੰਸ ਵਰਗੇ ਵੱਡੇ ਕਾਇਕਾ ਨੂੰ ਗੀਤ ਲਿਖ ਕੇ ਦਿੱਤੇ ਗਏ